ਪੜ੍ਹ ਰਹੇ ਹਨ, ਪੰਜ ਮਹਾਨ ਸ਼ਾਇਰ ਹਾਜ਼ਰੀ ਪੜ੍ਹ ਰਹੇ ਹਨ। ਹੈ ਨਾਨਕ ਇੱਕ ਵਾਰੀ ਜੇ ਤੇਰਾ ਦੀਦਾਰ ਹੋ ਜਾਵੇ, ਤੇਰਾ ਦੀਦਾਰ ਹੋ ਜਾਵੇ, ਤੇਰਾ ਦੀਦਾਰ ਹੋ ਜਾਵੇ। ਹੈ ਨਾਨਕ ਇੱਕ ਵਾਰੀ ਜੇ ਤੇਰਾ ਦੀਦਾਰ ਹੋ ਜਾਵੇ, ਤੇਰਾ ਦੀਦਾਰ ਹੋ ਜਾਵੇ, ਤੇਰਾ ਦੀਦਾਰ ਹੋ ਜਾਵੇ। ਇਹ ਦੁਨੀਆ ਸੁਰਗ ਬਣ ਜਾਵੇ, ਤੇਰਾ ਉਪਕਾਰ ਹੋ ਜਾਵੇ, ਤੇਰਾ ਉਪਕਾਰ ਹੋ ਜਾਵੇ, ਤੇਰਾ ਉਪਕਾਰ ਹੋ ਜਾਵੇ। ਐ ਨਾਨਕ ਇੱਕ ਵਾਰੀ ਜੇ ਤੂੰ ਹੈ ਬ੍ਰਹਮ ਗਿਆਨ ਦੀ ਬਾਰਿਸ਼, ਤੇਰੀ ਇੱਕ ਬੂੰਦ ਹੀ ਕਾਫੀ। ਤੂੰ ਹੈ ਬ੍ਰਹਮ ਗਿਆਨ ਦੀ ਬਾਰਿਸ਼, ਤੇਰੀ ਇੱਕ ਬੂੰਦ ਹੀ ਕਾਫੀ, ਇੱਕ ਬੂੰਦ ਹੀ ਕਾਫੀ, ਇੱਕ ਬੂੰਦ ਹੀ ਕਾਫੀ, ਇੱਕ ਬੂੰਦ ਹੀ ਕਾਫੀ। ਵਿਕਾਰਾਂ ਨਾਲ ਤਪਦੀ ਧਰਤ ਠੰਡੀ ਠਾਰ ਹੋ ਜਾਵੇ, ਠੰਡੀ ਠਾਰ ਹੋ ਜਾਵੇ, ਠੰਡੀ ਠਾਰ ਹੋ ਜਾਵੇ। ਐ ਨਾਨਕ ਇੱਕ ਵਾਰੀ ਜੇ 2008 ਵਿੱਚ ਇੱਕ ਨਾਰਾ ਬਹੁਤ ਮਕਬੂਲ ਹੋਇਆ ਸੀ ਜਾਚਕ ਜੀ, 300 ਸਾਲ ਗੁਰੂ ਦੇ ਨਾਲ। ਉਸਦੇ ਸੰਦਰਭ ਵਿੱਚ ਗੱਲ ਕਹਿ ਰਿਹਾ ਹਾਂ, ਗੱਲਾਂ ਸਾਰੀਆਂ ਗੁਰੂ ਨਾਨਕ ਦੀਆਂ ਕਰਾਂਗਾ, ਉਸਦੇ ਸਿਧਾਂਤਾਂ ਦੀਆਂ ਕਰਾਂਗਾ, ਪਿੱਛੇ ਤੋਂ ਬਾਹਰ ਨਹੀਂ ਜਾਵਾਂਗਾ। ਹੈ 300 ਸਾਲ ਗੁਰ ਦੇ ਨਾਲ ਜੁੜ ਜਾਣਾ ਮੁਬਾਰਕ ਪਰ, ਹੈ 300 ਸਾਲ ਗੁਰ ਦੇ ਨਾਲ ਜੁੜ ਜਾਣਾ ਮੁਬਾਰਕ ਪਰ। ਜੇ 300 ਪਲ ਵੀ ਜੁੜ ਜਾਈਏ ਤਾਂ ਪਹੁੰਚ ਪਾਰ ਨਿਹਾਲ। ਹੈ 300 ਸਾਲ ਗੁਰ ਦੇ ਨਾਲ ਜੁੜ ਜਾਣਾ ਮੁਬਾਰਕ ਪਰ। ਜੇ 300 ਪਲ ਵੀ ਜੁੜ ਜਾਈਏ ਤਾਂ ਪੌਜਲ ਪਾਰ ਹੋ ਜਾਵੇ, ਪੌਜਲ ਪਾਰ ਹੋ ਜਾਵੇ। ਬੋਲੇ ਸੋਨਿਹਾਲ। ਜੇ 300 ਪਲ ਵੀ ਜੁੜ ਜਾਈਏ ਤਾਂ ਪੌਜਲ ਪਾਰ ਹੋ ਜਾਵੇ, ਪੌਜਲ ਪਾਰ ਹੋ ਜਾਵੇ। ਐ ਨਾਨਕ ਇੱਕ ਵਾਰੀ ਜੇ। ਆਓ, ਉਹਨਾਂ ਨਿਤਨੇਮੀਆਂ ਲਈ ਸ਼ੇਰ ਕਹਿ ਰਿਹਾ ਹਾਂ, ਰੋਜ਼ ਗੁਰੂ ਕੀ ਬਾਣੀ ਨਾਲ ਜੁੜਦੇ ਹਨ। ਪਹਿਲਾ ਪਹਿਰ ਤੇਰੀ ਜਪ ਜੀ ਤੋਂ ਸ਼ੁਰੂ ਹੁੰਦਾ ਹੈ, ਪਹਿਲਾ ਪਹਿਰ ਤੇਰੀ ਜਪ ਜੀ ਤੋਂ ਸ਼ੁਰੂ ਹੁੰਦਾ ਹੈ। ਗਗਨ ਮੈਂ ਥਾਲ ਦੇ ਨਾਲ ਚੌਥਾ ਪਹਿਰ ਪਾਰ ਹੋ ਜਾਵੇ, ਪਾਰ ਹੋ ਜਾਵੇ, ਪਾਰ ਹੋ ਜਾਵੇ। ਗਗਨ ਮੈਂ ਥਾਲ ਦੇ ਨਾਲ, ਜੋ ਸੋਹਿਲਾ ਪੜ੍ਹਦੇ ਨੂੰ ਪਤਾ ਹੈ, ਗਗਨ ਮੈਂ ਥਾਲ ਦੇ ਨਾਲ ਚੌਥਾ ਪਹਿਰ ਪਾਰ ਹੋ ਜਾਵੇ, ਪਾਰ ਹੋ ਜਾਵੇ, ਪਾਰ ਹੋ ਜਾਵੇ। ਐ ਨਾਨਕ ਇੱਕ ਵਾਰੀ ਜੇ ਬੋਲੇ ਸੋਨਿਹਾਲ। ਆਓ, ਗੁਰੂ ਨਾਨਕ ਦਾ ਮਹਾਨ ਸਿਧਾਂਤ, ਮੂਲ ਸਿਧਾਂਤ ਮੈਂ ਕਹਾਂਗਾ, ਸੁਣਿਆ
ਤੇ ਮੰਨੇ ਔਸ ਤੇ ਇੱਕ ਸ਼ੇਰ ਕਹਿ ਰਿਹਾ ਹਾਂ ਤੇ ਅੱਜ ਦੀ ਖਾਸ ਵਜੂਆਤ ਦੀ ਚਾਹਾਂਗਾ ਆਪ ਉਸਤਾਦ ਸ਼ਾਇਰ ਹੋ ਜੋ ਬਾਣੀ ਸੁਣਦੇ ਨੇ ਕੇਵਲ ਉਹਨਾਂ ਤੋਂ ਸਦਕੇ ਜਾਵਾਂ ਮੈਂ ਜੋ ਕੇਵਲ ਸੁਣਦੇ ਨੇ ਉਹਨਾਂ ਤੋਂ ਵੀ ਸਦਕੇ ਜਾਣਾ ਆਖਿਰ ਸੁਣਦੇ ਤਾਂ ਨੀ ਨਾ ਜੋ ਬਾਣੀ ਸੁਣਦੇ ਨੇ ਕੇਵਲ ਉਹਨਾਂ ਤੋਂ ਸਦਕੇ ਜਾਵਾਂ ਮੈਂ ਪਰ ਜੇ ਸੁਣ ਕੇ ਮੰਨ ਵੀ ਲਈਏ ਤਾਂ ਬੇੜਾ ਪਾਰ ਹੋ ਜਾਵੇ ਬੇੜਾ ਪਾਰ ਹੋ ਜਾਵੇ ਜੇ ਸੁਣ ਕੇ ਮੰਨ ਵੀ ਲਈਏ ਤਾਂ ਬੇੜਾ ਪਾਰ ਹੋ ਜਾਵੇ ਬੇੜਾ ਪਾਰ ਹੋ ਜਾਵੇ ਬੇੜਾ ਪਾਰ ਹੋ ਜਾਵੇ ਐ ਨਾਨਕ ਇੱਕ ਵਾਰੀ ਚੇ ਪਾਤਸ਼ਾਹ ਦੀ 947 ਸ਼ਬਦ ਤੁਹਾਨੂੰ ਸਮਰਾ ਦੇ ਸ਼ਿੰਗਾਰਨ ਸ਼ੋਰਾਜ਼ਾਦ ਇਹ ਚੱਪ ਜੀ ਬਾਰਾਂ ਮਾਂ ਆਸਾ ਕੀ ਵਾਰ ਨਾਯਾਬ ਮੋਤੀ ਨੇ ਇਹ ਜਪ ਜੀ ਬਾਰਾਂ ਆਸਾ ਕੀ ਵਾਰ ਨਾਯਾਬ ਮੋਤੀ ਨੇ ਇਹਨਾਂ ਦੀ ਚਮਕ ਵਿੱਚੋਂ ਰੱਬ ਦਾ ਦੀਦਾਰ ਹੋ ਜਾਵੇ ਦੀਦਾਰ ਹੋ ਜਾਵੇ ਦੀਦਾਰ ਹੋ ਜਾਵੇ ਐ ਨਾਨਕ ਇੱਕ ਵਾਰੀ ਆਓ ਪਾਤਸ਼ਾਹ ਦੀ ਕੋਲ ਸਿਧਾਂਤ ਬੜੇ ਦਾਅਵੇ ਨਾਲ ਕਹਾਂਗਾ ਜੱਜ ਦੀ ਖਾਸ ਤੌਰ ਤੇ ਦੇਖਣਾ ਸੀ ਜੋ ਜਪ ਕੇ ਨਾਮ ਕਰਦੇ ਕਿਰਤ ਤੇ ਫਿਰ ਵੰਡ ਕੇ ਚੱਕਦੇ ਤੇ ਫਿਰ ਵੰਡ ਕੇ ਚੱਕਦੇ ਤੇ ਫਿਰ ਵੰਡ ਕੇ ਚੱਕਦੇ ਵੰਡ ਕੇ ਚੱਕਦੇ ਦਾਅਵੇ ਨਾਲ ਕਹਿ ਰਿਹਾ ਹਾਂ ਉਹਨਾਂ ਦੇ ਨਾਲ ਗੁਰੂ ਨਾਨਕ ਨੂੰ ਸੱਚਮੁੱਚ ਪਿਆਰ ਹੋ ਜਾਵੇ ਜੋ ਜਪ ਕੇ ਨਾਮ ਕਰਦੇ ਕਿਰਤ ਤੇ ਫਿਰ ਵੰਡ ਕੇ ਚੱਕਦੇ ਉਹਨਾਂ ਦੇ ਨਾਲ ਗੁਰੂ ਨਾਨਕ ਨੂੰ ਸੱਚਮੁੱਚ ਪਿਆਰ ਹੋ ਜਾਵੇ ਪਿਆਰ ਹੋ ਜਾਵੇ ਪਿਆਰ ਹੋ ਜਾਵੇ ਐ ਨਾਨਕ ਇੱਕ ਵਾਰੀ ਏ ਆਓ ਗੁਰੂ ਨਾਨਕ ਨੇ ਕਿਹਾ ਸੀ ਤੂੰ ਤੇਰਾ ਤੇਰਾ ਫੁਰਮਾਇਆ ਮੈਂ ਮੇਰਾ ਮੇਰਾ ਖਾਸ ਤੋਂ ਤੂੰ ਤੇਰਾ ਤੇਰਾ ਫੁਰਮਾਇਆ ਇੱਕ ਔੜਾ ਸੱਚ ਆਪਦੀ ਨਜ਼ਰ ਕਰ ਰਿਹਾ ਤੂੰ ਤੇਰਾ ਤੇਰਾ ਫੁਰਮਾਇਆ ਮੈਂ ਮੇਰਾ ਮੇਰਾ ਕਰਦਾ ਬੇਨਤੀ ਹੈ ਪਾਤਸ਼ਾਹ ਦੇ ਚਰਨਾਂ ਵਿੱਚ ਮੁਕਾ ਦੇ ਹਵਸ ਦੌਲਤ ਦੀ ਤੇ ਸੱਚ ਵਪਾਰ ਹੋ ਜਾਵੇ ਸੱਚ ਵਪਾਰ ਹੋ ਜਾਵੇ ਸੱਚ ਵਪਾਰ ਹੋ ਜਾਵੇ ਐ ਨਾਨਕ ਇੱਕ ਵਾਰੀ ਪੈਨਲ ਇੱਕ ਸ਼ੇਰ ਕਹਿ ਰਿਹਾ ਮੁਬਾਰਕ ਹਨ ਨਾਰੀ ਜਾਤ ਜਿਸਨੂੰ ਪਾਤਸ਼ਾਹ ਨੇ ਮਾਣ ਬਖਸ਼ਿਆ ਸਭ ਤੋਂ ਪਹਿਲਾ ਸੰਤ ਮਹਾਤਮਾ ਗੁਰੂ ਪੀਰ ਪੈਗੰਬਰ ਗੁਰੂ ਨਾਨਕ ਸੀ ਜਿਸਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਆਪ ਜੀ ਨੂੰ ਉਸਦਾ ਅਹਿਸਾਨ ਸਾਰੀ ਉਮਰ ਕਦੀ ਭੁੱਲਣਾ ਨਹੀਂ ਚਾਹੀਦਾ ਤੂੰ ਹਰ ਨਾਰੀ ਨੂੰ ਇੰਨਾ ਸੀ ਉਚੇਰਾ ਬਖਸ਼ਿਆ ਰੁਤਬਾ ਤੂੰ ਹਰ ਨਾਰੀ ਨੂੰ ਇੰਨਾ ਸੀ ਉਚੇਰਾ ਬਖਸ਼ਿਆ ਰੁਤਬਾ ਕਿ ਔਰਤ ਜਾਤ ਤੇਰੀ ਸੋਚ ਤੋਂ ਬਲਿਹਾਰ ਹੋ ਜਾਵੇ ਬਲਿਹਾਰ ਹੋ ਜਾਵੇ ਸੋ ਨਿਹਾਲ
ਵਾਹਿਗੁਰੂ ਅਕਾਲ ਕੀ ਔਰਤ ਜ਼ਾਤ ਤੇਰੀ ਸੋਚ ਤੋਂ ਬਲਿਹਾਰ ਹੋ ਜਾਵੇ ਬਲਿਹਾਰ ਹੋ ਜਾਵੇ ਐ ਨਾਨਕ ਇੱਕ ਵਾਰੀ ਜੇ ਧੰਨ ਗੁਰੂ ਨਾਨਕ ਪਾਤਸ਼ਾਹ ਵਿਸ਼ਵ ਵਿੱਚ ਕੇਵਲ ਇਕੱਲੇ ਗੁਰੂ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਨੀਚਾਂ ਦੇ ਸਾਥੀ ਕਿਹਾ ਕੌਣ ਖੜਾ ਹੁੰਦਾ ਹੈ ਪਾਤਸ਼ਾਹ ਖੜੇ ਹੋਏ ਨੀਚਾਂ ਦੇ ਆਓ ਇੱਕ ਸ਼ੇਰ ਕਹਿ ਰਿਹਾ ਉਸ ਖਿਆਲ ਨੂੰ ਕੈਦ ਕਰਨ ਦੀ ਕੋਸ਼ਿਸ਼ ਹੈ 2:17 ਵਿੱਚ ਜਿਨ੍ਹਾਂ ਨੀਚਾਂ ਦਾ ਤੂੰ ਸਾਥੀ ਉਹ ਇੰਨੇ ਉੱਚੇ ਹੋ ਜਾਂਦੇ ਜਿਨ੍ਹਾਂ ਨੀਚਾਂ ਦਾ ਤੂੰ ਸਾਥੀ ਜਿਨ੍ਹਾਂ ਨੀਚਾਂ ਦਾ ਤੂੰ ਸਾਥੀ ਉਹ ਇੰਨੇ ਉੱਚੇ ਹੋ ਜਾਂਦੇ ਉਹਨਾਂ ਸਾਵੇਂ ਉਚਾਈ ਫਲਕ ਦੀ ਬੇਕਾਰ ਹੋ ਜਾਵੇ ਬੇਕਾਰ ਹੋ ਜਾਵੇ ਬੇਕਾਰ ਹੋ ਜਾਵੇ ਬੋਲੇ ਸੋਨਹਾਰ ਸ੍ਰੀ ਅਕਾਲ ਜਿਨ੍ਹਾਂ ਨੀਚਾਂ ਦਾ ਤੂੰ ਸਾਥੀ ਉਹ ਇੰਨੇ ਉੱਚੇ ਹੋ ਜਾਂਦੇ ਉਚਾਈ ਫਲਕ ਦੀ ਫਲਕ ਅਰਸ਼ ਨੂੰ ਕਿਹਾ ਜਾਂਦਾ ਸਤਸੰਗ ਚ ਅਸਮਾਨ ਨੂੰ ਉਚਾਈ ਫਲਕ ਦੀ ਉਹਨਾਂ ਸਾਵੇਂ ਉਚਾਈ ਫਲਕ ਦੀ ਬੇਕਾਰ ਹੋ ਜਾਵੇ ਬੇਕਾਰ ਹੋ ਜਾਵੇ ਬੇਕਾਰ ਹੋ ਜਾਵੇ ਐ ਨਾਨਕ ਇੱਕ ਵਾਰੀ ਜੇ ਮੱਤਾ ਕੰਤ ਪਹਿਲੇ ਸ਼ੇਰ ਕਹਿ ਰਿਹਾ ਦੱਸ ਦੇਣਾ ਜਿਹਨੂੰ ਤੌਫੀਕ ਤੂੰ ਦੇਵੇ ਤੌਫੀਕ ਸਮਰਥਨ ਕਿਹਾ ਜਾਂਦਾ ਸਤਸੰਗ ਜੀ ਉਰਦੂ ਵਿੱਚ ਜਿਹਨੂੰ ਤੌਫੀਕ ਤੂੰ ਦੇਵੇ ਉਹੀ ਉਹੀ ਕਰ ਸਕੇ ਮਹਿਮਾਨ ਹਰ ਮਨੁੱਖ ਮਹਿਮਾਨ ਹੀ ਜੇ ਕਰ ਸਕਦਾ ਜਿਹਨੂੰ ਤੌਫੀਕ ਦੇਵੇ ਤੂੰ ਉਹੀ ਉਹੀ ਕਰ ਸਕੇ ਮਹਿਮਾਨ ਜ਼ਮੀਨ ਤੋਂ ਅਰਸ਼ ਤੱਕ ਫਿਰ ਉਸ ਦਾ ਸਤਿਕਾਰ ਹੋ ਜਾਵੇ ਸ੍ਰੀ ਅਕਾਲ ਜ਼ਮੀਨ ਤੋਂ ਅਰਸ਼ ਤੱਕ ਫਿਰ ਉਸ ਦਾ ਸਤਿਕਾਰ ਹੋ ਜਾਵੇ ਸਤਿਕਾਰ ਹੋ ਜਾਵੇ ਐ ਨਾਨਕ ਇੱਕ ਵਾਰੀ ਜੇ ਸਤਸੰਗ ਜੀ ਮਕਤਾ ਅਰਜ਼ ਕਰ ਰਿਹਾ ਹਾਂ ਮਕਤਾ ਆਖਰੀ ਸ਼ੇਰ ਨੂੰ ਕਿਹਾ ਜਾਂਦਾ ਹੈ ਮਕਤਾ ਤੇ ਆਖਰੀ ਸ਼ੇਰ 'ਚ ਫਰਕ ਇੰਨਾ ਹੀ ਹੈ ਸਤਸੰਗਤ ਜੀ ਮਕਤਾ ਵਿੱਚ ਸ਼ਾਇਰ ਦਾ ਤਖਲਸ ਸ਼ਾਮਿਲ ਹੈ ਆਖਰੀ ਸ਼ੇਰ ਵਿੱਚ ਤਖਲਸ ਸ਼ਾਮਿਲ ਹੋਣਾ ਜ਼ਰੂਰੀ ਨਹੀਂ ਮਕਤਾ ਅਰਜ਼ ਕਰ ਰਿਹਾ ਆਪਣੀ ਚਰਨਾਂ ਵਿੱਚ ਜਸ ਧਿਆਨ ਉਸ ਪਾਤਸ਼ਾਹ ਮੌਜੂਦ ਹਨ ਤੂੰ ਫਿਰ ਇੱਕ ਵਾਰ ਦਾਤਾ ਰਫੀਕ ਕਰਦਾ ਹੈ ਅਰਜ਼ੋਈ ਆਪ ਸਭ ਨੂੰ ਅਰਜ਼ੋਈ ਕਰ ਰਿਹਾ ਤੂੰ ਫਿਰ ਇੱਕ ਵਾਰ ਆ ਦਾਤਾ ਰਫੀਕ ਕਰਦਾ ਹੈ ਅਰਜ਼ੋਈ ਰਫੀਕ ਕਰਦਾ ਹੈ ਅਰਜ਼ੋਈ ਕਰਦਾ ਹੈ ਅਰਜ਼ੋਈ ਕਰਦਾ ਹੈ ਅਰਜ਼ੋਈ ਇਸ ਸੜਦਾ ਜੱਗ ਸਾਰਾ ਫਿਰ ਤੋਂ ਠੰਡਾ ਠਾਰ ਹੋ ਜਾਵੇ ਠੰਡਾ ਠਾਰ ਹੋ ਜਾਵੇ ਠੰਡਾ ਠਾਰ ਬੋਲੇ ਸੋਨਿਹਾਲ ਇਸ ਸੜਦਾ ਜੱਗ ਸਾਰਾ ਫਿਰ ਤੋਂ ਠੰਡਾ ਠਾਰ ਹੋ ਜਾਵੇ ਠੰਡਾ ਠਾਰ ਹੋ ਜਾਵੇ ਠੰਡਾ ਠਾਰ ਐ ਨਾਨਕ ਇੱਕ ਵਾਰੀ ਜੇ ਤੇਰਾ ਦੀਦਾਰ ਹੋ ਜਾਵੇ ਤੇਰਾ ਦੀਦਾਰ ਹੋ ਜਾਵੇ ਤੇਰਾ ਦੀਦਾਰ ਹੋ ਜਾਵੇ ਇਹ ਦੁਨੀਆ ਸੁਰਗ ਬਣ ਜਾਵੇ ਤੇਰਾ ਉਪਕਾਰ ਹੋ ਜਾਵੇ ਤੇਰਾ ਉਪਕਾਰ ਹੋ ਜਾਵੇ ਤੇਰਾ ਉਪਕਾਰ ਹੋ ਜਾਵੇ ਐ ਨਾਨਕ ਇੱਕ ਵਾਰੀ ਜੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।